ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ, ਇੱਥੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਭਵਿੱਖ ਹੋਏਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਕੀ ਭਵਿੱਖ ਹੋਏਗਾ ਬੇਅਦਬੀ ਮਾਮਲਿਆਂ ਨੂੰ ਲੈ ਕੇ, ਹੁਣ ਕੀ ਸ਼ਿਕੰਜਾ ਕਸੇਗੀ ਕੈਪਟਨ ਅਮਰਿੰਦਰ ਸਿੰਘ ਸਰਕਾਰ, ਕੀ ਕੁਝ ਫੈਸਲੇ ਆਉਣ ਵਾਲੇ ਸਮੇਂ ਦੇ ਵਿੱਚ ਸੁਣਨ ਨੂੰ ਜਾਂ ਫਿਰ ਵੇਖਣ ਨੂੰ ਮਿਲ ਸਕਦੇ ਹਨ, ਇਸੀ ਬਾਰੇ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ। ਆਈ ਵੁੱਡ ਲਾਈਕ ਟੂ ਨੋ ਕਿ ਤੁਹਾਨੂੰ ਕੀ ਲੱਗਦਾ, ਹੁਣ ਤਸਵੀਰ ਰਾਜਨੀਤੀ ਦੀ ਜਿਹੜੀ ਹੈ ਧੁੰਦਲੀ ਪਈ ਹੋਈ ਹੈ, ਇਸ ਤਸਵੀਰ ਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ? ਆਈ ਹੈਵ ਟੇਕਨ ਅ ਕਮੈਂਟਸ ਕਿ ਜਿਹੜੇ 10 ਸਾਲ ਇਹਨਾਂ ਨੇ ਸਰਕਾਰ ਚਲਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰ ਜਿਹੜੇ ਹੋਰਾਂ ਦੇ ਮੰਤਰੀ ਨੇ ਉਹ ਕਹਿੰਦੇ ਨੇ ਕਿ ਸਾਡਾ ਖਜ਼ਾਨਾ ਖਾਲੀ ਹੋ ਗਿਆ, ਅਤੇ ਤੁਹਾਨੂੰ ਕੀ ਲੱਗਦਾ ਕਿ 10 ਸਾਲ ਦੇ ਵਿੱਚ ਜਿਹੜੀ ਇਹ ਕੰਮ ਕਰ ਸਕਦੇ ਸੀਗੇ, ਜਿਹੜਾ ਇੱਕ ਭਵਿੱਖ ਸੁਨਹਿਰਾ ਪੰਜਾਬ ਨੂੰ ਦੇ ਸਕਦੇ ਸੀਗੇ, ਕਿ ਉਹਦੇ ਵਿੱਚ ਨਾਕਾਮ ਰਹੇ? ਔਰ ਜਿਹੜੀ ਇਹ ਗੱਲ ਕਹਿੰਦੇ ਹੋਏ ਨਜ਼ਰ ਵੀ ਆਉਂਦੇ ਹਨ ਕਿ ਅਸੀਂ ਤਾਂ ਇਹ ਕੰਮ ਕੀਤਾ, ਵਿਰੋਧੀ ਧਿਰ ਵੀ ਸ਼ਿਕੰਜਾ ਕੱਸਦਾ ਹੋਇਆ ਨਜ਼ਰ ਆਉਂਦਾ, ਤੁਹਾਨੂੰ ਕੀ ਲੱਗਦਾ? ਦੇਖੋ, ਇਹ ਗੱਲ ਨੂੰ ਐਕਸੈਪਟ ਕਰਨਾ ਚਾਹੀਦਾ, ਇਹਨਾਂ ਦੇ ਰਾਜ ਵਿੱਚ 10 ਸਾਲਾਂ 'ਚ ਜਿਹੜਾ ਸੀ ਇਨਫਰਾਸਟ੍ਰਕਚਰ ਦਾ ਵਿਕਾਸ ਤਾਂ ਹੋਇਆ। ਪੰਜਾਬ ਦੇ ਵਿੱਚ ਮੈਂ ਦੇਖਿਆ ਹਾਈਵੇਜ਼ ਵੀ ਸੀ, ਕਈ ਸਾਰੇ ਮਿਊਜ਼ੀਅਮ ਬਣੇ, ਔਰ ਜੋ ਸਭ ਤੋਂ ਸ਼ਲਾਘਾਯੋਗ ਕੰਮ ਜੋ ਮੈਂ ਖੁਦ ਵੀ ਐਕਸੈਪਟ ਕਰਦਾ ਬੀਇੰਗ ਪੰਜਾਬੀ, ਕਿ ਇਹ ਹੈਗਾ ਕਿ ਜਿਹੜਾ ਅੰਮ੍ਰਿਤਸਰ 'ਚ ਗੋਲਡਨ ਟੈਂਪਲ ਦੇ ਆਸ ਪਾਸ ਜਿਹੜਾ ਕੰਮ ਹੋਇਆ, ਦੈਟ ਇਜ਼ 100 times ਮੱਚ ਬੈਟਰ। ਜਦਕਿ ਹੁਣ ਮੈਂ ਇੱਕ ਗੱਲ ਇਹ ਵੀ ਕਰਨਾ ਚਾਹਾਂਗਾ ਕਿ ਹੁਣ ਉਸਦੀ ਇੰਨੀ ਕੇਅਰ ਨਹੀਂ ਹੋ ਰਹੀ, ਇੰਨੀ ਸਾਫ਼ ਸਫਾਈ ਉੱਥੇ ਨਹੀਂ ਰਹਿੰਦੀ। ਥੋੜ੍ਹੇ ਦਿਨ ਪਹਿਲਾਂ ਤਾਂ ਕੈਪਟਨ ਸੁਖਬੀਰ ਬਾਦਲ ਉੱਥੇ ਗਏ ਸੀ, ਉਹ ਦੇਖ ਕੇ ਵੀ ਆਏ, ਬੜਾ ਹਾਲ ਬੁਰਾ ਸੀਗਾ, ਅਤੇ ਉਹਨਾਂ ਨੇ ਇਹ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਇਹ ਸਾਰਾ ਚੀਜ਼ ਦੇਖ ਕੇ। ਵਾਕਈ ਮੈਂ ਇਹ ਚੀਜ਼ ਮੈਂ ਵੀ ਦੇਖੀ ਕਿ ਉੱਥੇ ਉਹ ਕੇਅਰ ਨਹੀਂ ਹੋ ਰਹੀ, ਜੋ ਚੀਜ਼ਾਂ ਇਹਨਾਂ ਨੇ ਕੀਤੀਆਂ ਉਹ ਤਾਂ ਲੈਟਸ ਐਕਸੈਪਟ ਦੈਟ। ਬਾਕੀ ਹੁਣ ਇਹ ਜਿਹੜਾ ਦੇਖੋ, ਬੇਅਦਬੀ ਇਜ਼ ਅ ਡਿਫਰੈਂਟ ਥਿੰਗ, ਇਨਫਰਾਸਟ੍ਰਕਚਰ ਡਿਵੈਲਪਮੈਂਟ ਇਜ਼ ਅਦਰ ਥਿੰਗ, ਇਟ ਇਜ਼ ਰਿਲੇਟਡ ਟੂ ਖਜ਼ਾਨਾ। ਸੋ ਲੈਟਸ ਟਾਕ ਅਬਾਊਟ ਸੁਖਬੀਰ ਬਾਦਲ, ਵਟ ਯੂ ਥਿੰਕ ਹੀ ਇਜ਼ ਮੋਰ ਦੈਨ ਹੀ ਇਜ਼ ਸ਼੍ਰੋਮਣੀ ਅਕਾਲੀ ਦਲ ਬਾਦਲਸ ਲੀਡਰ, ਔਰ ਵਿਰੋਧੀ ਧਿਰ ਕਹਿੰਦੇ ਹਨ ਕਿ ਹੀ ਇਜ਼ ਅ ਕਾਇੰਡ ਆਫ ਮੈਨ ਜੋ ਕਿ ਲੋਕਤੰਤਰ 'ਤੇ ਵਿਸ਼ਵਾਸ ਨਹੀਂ ਕਰਦਾ, ਡੰਡਾ ਤੰਤਰ 'ਤੇ ਵਿਸ਼ਵਾਸ ਕਰਦਾ, ਵਟ ਯੂ ਥਿੰਕ? ਨਹੀਂ, ਹੀ ਇਜ਼ ਇਮੇਜ ਇਜ਼ ਲਾਈਕ ਦਿਸ, ਹਿਜ਼ ਇਮੇਜ ਇਜ਼ ਲਾਈਕ ਦਿਸ ਕਿ ਡੰਡਾ ਤੰਤਰ ਨਹੀਂ, ਲਾਈਕ ਹੀ ਇਜ਼ ਇੰਟੂ, ਹੀ ਹੈਜ਼ ਦੀ ਕੰਟਰੋਲ ਔਨ ਦਾ ਪਾਰਟੀ, ਹੀ ਇਜ਼ ਨੋਨ ਫੋਰ ਇਜ਼ ਅਗਰੈਸਿਵਨੈਸ, ਹੀ ਇਜ਼ ਨੋਨ ਫੋਰ ਇਜ਼ ਲੈਟਸ ਏ ਐਂਗਰ ਐਂਡ ਫੋਰ ਅਗਰੈਸਿਵਨੈਸ ਓਵਰ ਦਾ ਪਾਰਟੀ ਕੈਡਰ, ਫੋਰ ਦਾ ਪਾਰਟੀ ਵਰਕਰਸ। ਔਰ ਪਿਛਲੇ ਕੁਝ ਸਮੇਂ 'ਚ ਜਿੱਦਾਂ ਮੈਂ ਗੱਲ ਕੀਤੀ ਕਿ ਇੱਕ ਬਜ਼ੁਰਗ ਨੇਤਾਵਾਂ ਨੂੰ ਸਾਈਡਲਾਈਨ ਕਰਕੇ, ਉਹਨਾਂ ਨੂੰ ਕਰਕੇ ਜੋ ਵੱਡੇ ਬਾਦਲ ਸਾਹਿਬ ਦਾ ਇੱਕ ਗਰੁੱਪ ਸੀਗਾ ਉਹਨੂੰ ਸਾਈਡਲਾਈਨ ਕਰਕੇ ਨਵੇਂ ਜਿਹੜੀ ਜਨਰੇਸ਼ਨ ਆਈ ਉਹਨੂੰ ਅੱਗੇ ਰੱਖ ਕੇ ਚਲੇ ਗਏ, ਅਤੇ ਹੁਣ ਜਿਹੜਾ ਹੁਣ ਜੋ ਪਾਰਟੀ ਫਸ ਗਈ ਹੈ, ਪਾਰਟੀ ਜਿਹੜੇ ਦੋ ਸਥਿਤੀ 'ਚ ਫੜੀ ਹੈ, ਜੋ ਖੜੀ ਹੈ ਜਿੱਥੇ, ਔਰ ਪਾਰਟੀ ਦੇ ਵਿੱਚ ਜਿਹੜੇ ਕ੍ਰਾਈਸਿਸ ਆ ਗਏ ਨੇ, ਹੁਣ ਸ਼ਾਇਦ ਜਿਹੜੇ ਬਜ਼ੁਰਗ ਨੇਤਾ ਨੇ, ਜਿਹੜੇ ਬਜ਼ੁਰਗ ਜਥੇਦਾਰ ਨੇ, ਉਹ ਹੁਣ ਨਵੀਂ ਜਨਰੇਸ਼ਨ ਨੂੰ ਕਹਿ ਰਹੇ ਨੇ ਕਿ ਦੇਖਿਆ ਜੇ ਅਸੀਂ ਹੁੰਦੇ ਤਾਂ ਅਸੀਂ ਸਾਂਭ ਲੈਂਦੇ। ਲੋਕ ਇਹ ਵੀ ਕਹਿੰਦੇ ਨੇ ਕਿ ਜੇ ਉਸ ਪਾਰਟੀ ਦੇ ਵਿੱਚ ਹੁਣ ਅੱਜ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਉਹ ਇਹਨੂੰ ਚੀਜ਼ ਨੂੰ ਇੱਦਾਂ ਹੈਂਡਲ ਕਰਦੇ, ਸੁਖਬੀਰ ਸਿੰਘ ਬਾਦਲ ਨੇ ਇਹਨੂੰ ਇੱਦਾਂ ਹੈਂਡਲ ਕੀਤਾ। ਇਟਸ ਅ ਸਟਾਈਲ ਆਫ ਫੰਕਸ਼ਨਿੰਗ, ਇੱਕ ਫਾਦਰ ਸਾਹਿਬ ਦਾ ਉਹਨਾਂ ਦੇ ਅਲੱਗ ਸਟਾਈਲ ਹੈ ਕੰਮ ਕਰਨ ਦਾ, ਸੁਖਬੀਰ ਬਾਦਲ ਦਾ ਅਲੱਗ ਸਟਾਈਲ ਹੈ ਕੰਮ ਕਰਨ ਦਾ। ਇਟਸ ਅ ਫੰਕਸ਼ਨਿੰਗ ਦੈਟ, ਪਰ ਹੁਣ ਐਵੇਂ ਕਿ ਬੇਅਦਬੀ, ਇਟ ਹੈਜ਼ ਇਫੈਕਟਡ ਦਾ ਪਾਰਟੀ, ਇਟ ਹੈਜ਼ ਇਫੈਕਟਡ ਦਾ ਪਾਰਟੀ, ਲੈਟਸ ਐਕਸੈਪਟ ਇਟ। ਔਰ ਮੈਂ ਜਿਸ ਤਰ੍ਹਾਂ ਗੱਲ ਕਰ ਰਹੇ ਕਿ ਪਾਰਟੀ ਉਹਨੀ ਕ੍ਰੋਸ ਰੋਡ 'ਤੇ ਖੜੀ ਹੈ, ਪਾਰਟੀ ਬੜੀ ਦੁਚਿੱਤੀ 'ਚ ਫਸੀ ਹੋਈ ਹੈ, ਨਾ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਮੈਂ ਤੁਹਾਨੂੰ ਦੱਸਿਆ ਮੋਰਲੀ ਦੇ ਵਿਲ ਨੋਟ ਐਕਸੈਪਟ ਇਟ ਕਿ ਵਟ ਇਜ਼ ਦੀ ਪ੍ਰੋਬਲਮ, ਬਟ ਹੁਣ ਹੈ ਕਿ ਅੰਦਰ ਇੱਕ ਅਸੰਤੋਸ਼ ਫੈਲ ਗਿਆ ਪਾਰਟੀ ਦੇ ਵਿੱਚ, ਲੋਕ ਨਾਰਾਜ਼ ਹੋ ਰਹੇ ਨੇ, ਬਾਹਰ ਵੀ ਲੋਕ ਨਾਰਾਜ਼ ਨੇ, ਔਰ ਪਾਰਟੀ ਦੇ ਵਿੱਚ ਵੀ ਲੀਡਰਸ਼ਿਪ ਨਾਰਾਜ਼ ਹੈ। ਮੇਰੇ ਨਾਲ ਕਾਲਜ ਜੁੜੇ ਹੋਏ ਨੇ, ਉਹਨਾਂ ਦੇ ਵੀ ਵਿਚਾਰ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਕਰਨੈਲ ਸਿੰਘ ਬੋਲਦਾ ਲੰਡਨ ਤੋਂ। ਕਰਨੈਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਤਾਂ ਇੱਕ ਜਿਹੜਾ ਥੋੜ੍ਹਾ ਹੁਣੇ ਮੈਂ ਸੁਣਿਆ ਵੀ ਕਿੰਨਾ ਕਰਜ਼ਾ ਚੜਿਆ ਜੀ, ਤੁਸੀਂ ਇਹ ਵੀ ਦੇਖਿਆ ਵੀ ਕਿੰਨਾ, ਜਿੰਨੇ ਐਮ ਐਲ ਏ ਜਾਂ ਐਮ ਪੀ ਆ, ਇੰਨੇ ਚ ਕਿੰਨੇ ਰਿਚ ਹੋਏ ਆ ਜੀ? ਜੀ ਜੀ, ਤੇ ਇਹ ਜਿਹੜਾ ਪੈਸਾ ਕਰਜ਼ਾ ਚੜਿਆ ਇਹ ਜਨਤਾ ਤੇ ਚੜਿਆ, ਨਾ ਕਿ ਉਹਨਾਂ ਲੀਡਰਾਂ ਤੇ। ਜੀ ਜੀ, ਠੀਕ ਹੈ ਨਾ ਜੀ। ਜੋ ਵੀ ਵੱਡੇ ਵੱਡੇ ਕੰਮ ਕੀਤੇ ਉਹ ਚੋਂ ਕਿੰਨਾ ਕਿੰਨਾ ਪੈਸਾ ਕਿੱਧਰ ਗਿਆ, ਕਿੰਨੇ ਅੱਜ ਸਾਰੇ ਜਿੰਨੇ ਵੀ ਲੀਡਰ, ਜਿੰਨੇ ਵੀ ਪੋਲੀਟੀਸ਼ੀਅਨ, ਇਹਨਾਂ ਸਾਰਿਆਂ ਦਾ ਕਿਤੇ ਪਤਾ ਕੀਤਾ ਜਾਵੇ, ਇਨਕੁਆਇਰੀ ਕੀਤੀ ਜਾਵੇ, ਕਿੰਨੀਆਂ ਕਿੰਨੀਆਂ ਜਾਇਦਾਦਾਂ ਇਹਨੀ ਆਪਣੇ ਟਾਈਮ 'ਚ ਬਣਾ ਦਿੱਤੀਆਂ। ਕਰੈਕਟ। ਬਾਕੀ ਪੰਜਾਬ ਦੇ ਉੱਤੇ, ਜਨਤਾ ਦੇ ਉੱਤੇ ਇੰਨਾ ਕਰਜ਼ਾ ਚੜ ਗਿਆ ਜਿਹੜਾ ਰੀਅਲਾਈਜ਼ ਜਨਤਾ ਨਹੀਂ ਕਰ ਰਹੀ। ਜੀ 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 ਜੀ, ਔਰ ਐਂਡ ਆਫ ਦਾ ਡੇ ਬਿਲਕੁਲ ਤੁਹਾਡੀ ਗੱਲ ਸਹੀ ਹੈ, ਉਹ ਕਰਜ਼ਾ ਜਿਹੜਾ ਚੜਿਆ ਹੁਣ ਮੋੜਨਾ ਵੀ ਜਿਹੜਾ ਉਹ ਜਨਤਾ ਨੇ ਹੀ ਮੋੜਨਾ ਆਪਣੇ ਟੈਕਸ ਦੇ ਜ਼ਰੀਏ। ਜਨਤਾ ਨੇ ਮੋੜਨਾ। ਜੀ ਜੀ, ਬਿਲਕੁਲ ਬਿਲਕੁਲ, ਜਨਤਾ ਨੇ ਮੋੜਨਾ। ਦੂਸਰੀ ਗੱਲ ਜਿਹੜੀ ਸਪਾਈ ਦੀ ਗੱਲ ਕਰਦੇ ਆ, ਜੀ ਜਿੰਨਾ ਕੰਟਰੋਲ ਹੈਗਾ ਗੁਰਦੁਆਰਿਆਂ ਦੇ ਉੱਤੇ ਉਹ ਸੁਖਬੀਰ ਦਾ ਆ, ਉਹ ਸਿੱਧੂ ਦੇ ਉੱਤੇ ਨਹੀਂ ਹੈਗਾ। ਜੇ ਸਿੱਧੂ ਦਾ ਉੱਠਦੇ ਤੇ ਹੋਵੇ ਫਿਰ ਉਹਨੂੰ ਸਿੱਟ ਲਾ ਪਾਇਆ ਜਾਵੇ ਵੀ ਇਹ ਠੀਕ ਨਹੀਂ ਕੀਤਾ। ਉਹਦਾ ਕੰਟਰੋਲ ਜੋ ਪੈਸਾ ਆ ਜਿਹੜਾ ਆਲ ਦੁਆਲੇ ਹਰਿਮੰਦਰ ਸਾਹਿਬ ਦੇ ਆ, ਉਹ ਗੁਰਦੁਆਰਿਆਂ ਦਾ ਕੰਟਰੋਲ ਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਇੱਕ ਗੱਲ ਇੱਥੇ ਕਰਨੈਲ ਸਿੰਘ ਜੀ ਦੀ ਅਸ ਲੈਣੀਆਂ ਚਾਹੀਦੀਆਂ ਗੱਲਾਂ। ਜੀ ਜੀ ਜੀ, ਥੈਂਕ ਯੂ ਵੈਰੀ ਮਚ ਕਰਨੈਲ ਸਿੰਘ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਨਹੀਂ, ਇਹਦੇ 'ਚ ਮੈਂ ਐਡ ਕਰਨਾ ਚਾਹਾਂਗਾ,
हाउ वी कैन डू द थिंग्स, खजाना साडा खाली पड़िया, बजट है नहीं। अच्छा, एक बयानबाजी इत्थे बहुत ज़्यादा शुरू हो गई है। मैनूं याद है कि जब इजलास हो रहा सीगा तां बाहर आके अपना चरणजीत सिंह चन्नी ने प्रतिक्रम दिता सीगा कि सुखबीर बादल नूं जमना नहीं चाहिए सीगा। मतलब एक अजिहा जिहड़े प्रतिक्रम ने और मीडिया के उत्ते भी बहुत वड्डा वायरल होया सीगा कि उन्होंने कहा कि सुखबीर बादल नूं जमना नहीं चाहिए सीगा, उन्होंने पंजाब के गुरुद्वारों की गोलक तक ख़त्म करती, पंजाब के खजाना खत्म करता। एंड ऑफ द डे फिर सुखबीर बादल जिहड़े हिमायती ने उन्होंने भी प्रतिक्रम दिता। तो एक इंडिविजुअल हूँ जिहड़े एक दूजे के उत्ते आरोप प्रत्यारोप की राजनीति चल रही है, दस रहा है ना सिर्फ लोगों का ध्यान भटकाने वास्ते है। कांग्रेस वाले श्रोमणी अकाली दल से बयान लाएंगे, श्रोमणी अकाली दल वाले सिद्धू नूं कहिंदे ने कैप्टन ते कहिंदे ने, कैप्टन की परसनल लाइफ के उत्ते इन्ना कमेंट करते हैं, वो सारा चीज़ा चल दी है। यह लोगों का ध्यान भटकाने वास्ते हुंदा है। तुहानूं मैं एक चीज़ दसदा, पंजाब की एक बड़ी है, बड़ा अनफॉर्चुनेट है कि साड़ी पंजाब की जिहड़ी सियासत है और पंजाब की डिवेलपमेंट वास्ते पंजाब की जिहड़ी वो उस पासे नहीं देखदी। तुसीं रीसेंट एग्जाम्पल लो, हुणे गेमां होईआं, गोल्ड मैडल हरियाणा के खिलाड़ियों ने किन्ने जितते और पंजाब के खिलाड़ियों ने किन्ने गोल्ड मैडल जितते। हुण एक देख रहे सी रिपोर्ट कि पंजाब के ही जिहड़े नवयुवक ने, जिहड़े नौजवान ने, जिहड़े मुंडे ने, वो ही ड्रग्स का शिकार क्यों हो रहे हैं, हरियाणा के क्यों नहीं हो रहे। हरियाणा गुआंढी सूबा है, तुम हरियाणा तो घट्ट तो घट्ट सबक सीखो। हरियाणा के की है, स्पोर्ट्स में प्रियोरिटी दी जाती है, हरियाणा के जिहड़े नौजवान ने स्पोर्ट्स में तरजीह देते हैं, वो पूरी वर्जिश करते हैं, व्यायाम अपना करते हैं, पूरा प्रैक्टिस करते हैं, जाके गोल्ड मैडल लेके आते हैं। हुण तुसीं पंजाब और हरियाणा की नौजवानी कंपेयर करके देख लो, वो नौजवानी कंपेयर क्यों करोगे, क्यों सियासत है साड़ी, सियासत पंजाब की कितने उलझी हुई है इन चक्करों के विच, और हरियाणा वाले गोल्ड मैडल ले रहे हैं, घट्ट तो घट्ट उन्होंने तो ही सीख लो। ਪੈਰਸ ਤੋਂ ਬੋਲ ਰਿਹਾ, ਗੋਲਡੀ ਬੋਲ ਰਿਹਾ ਜੀ। ਗੋਲਡੀ, ਮੈਂ ਇਹ ਤੁਹਾਡੇ ਨਾਲ ਸਵਾਲ ਕਰ ਰਿਹਾ ਸੀ, ਅੱਜ ਮਜੀਠਾ ਸਾਹਿਬ ਨੇ ਰੈਲੀ ਕੀਤੀ ਆਪਣੀ, ਗਏ ਸੀ ਗੁਰਦੁਆਰੇ 'ਚ ਜੀ, ਉਹ ਕਹਿ ਰਹੇ ਸੀ ਕਿ ਸਿੱਧੂ ਸਾਹਿਬ ਨੂੰ ਆਪਣੇ ਨੂੰ ਮਾਫ਼ੀ ਮੰਗਣੀ ਚਾਹੀਦੀ, ਕਿਸ ਵਜ੍ਹਾ ਤੋਂ ਮਾਫ਼ੀ ਮੰਗਣੀ ਚਾਹੀਦੀ ਉਹਨੂੰ? ਸਿੱਧੂ ਅਸੈਂਬਲੀ 'ਚ ਬੋਲੇ ਸੀ, ਜਿਹੜੀ ਅਸੈਂਬਲੀ ਦੇ ਵਿੱਚ ਹੀ ਐਸੇ ਕਿ ਟੰਗ ਦਿਓ ਇਹਨਾਂ ਨੂੰ, ਸੁਖਬੀਰ ਬਾਦਲ ਹੋਰਾਂ ਨੂੰ, ਬਾਦਲ ਹੋਰਾਂ ਨੂੰ ਟੰਗ ਦਿਓ ਇਹਨਾਂ ਦੇ ਸੱਤ ਕੂਟ, ਮਤਲਬ ਐਂਡ ਆਫ ਦ ਡੇ ਜੋ ਉਹਨਾਂ ਨੇ ਆਪਣੇ ਪ੍ਰਤੀਕਰਮ ਦਿੱਤੇ ਸੀਗੇ, ਆਪਣੇ ਜਜ਼ਬਾਤ ਉਹਨਾਂ ਦੇ ਸਾਹਮਣੇ ਆਏ ਸੀਗੇ, ਸੋਸ਼ਲ ਮੀਡੀਆ ਦੇ ਉੱਤੇ ਇਹ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਵੀਡੀਓ ਉਹਨਾਂ ਦੀ, ਆਪਾਂ ਵੀ ਵੇਖ ਪਾ ਰਹੇ ਹਾਂ ਔਰ ਸੁਣ ਪਾ ਰਹੇ ਹਾਂ ਇਸ ਬਾਰੇ, ਅਤੇ ਉਸ ਗੱਲ ਨੂੰ ਲੈ ਕੇ ਦੇ ਹੈਵ ਸੈਨ ਕੀ ਮਾਫ਼ੀ ਮੰਗਣੀ ਚਾਹੀਦੀ ਹੈ ਸਿੱਧੂ ਨੂੰ, ਜੋ ਲੈਂਗੁਏਜ ਯੂਜ਼, ਜੋ ਲੈਂਗੁਏਜ ਯੂਜ਼ ਕੀਤੀ ਹੈ ਅਸੈਂਬਲੀ ਦੇ ਵਿੱਚ। ਹਾਂਜੀ, ਨਹੀਂ ਤੁਹਾਡੇ ਸਾਹਮਣੇ ਹੁਣ ਬਾਦਲ ਸਾਹਿਬ ਵੀ ਰਹੇ ਨੇ, ਸਾਰੇ ਰਹੇ ਨੇ, ਇਹਨਾਂ ਦੇ ਵੇਰਿਆਂ 'ਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇਹਨਾਂ ਨੇ ਕੀ ਕੀਤਾ ਜੀ? ਜੀ 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 ਉਹੀ ਤਾਂ ਸਭ ਕਿਹਦੀ ਗੱਲ ਕੀਤੀ ਤੁਸੀਂ, ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਰਹੇ ਹੋ ਜੀ? ਜੀ ਉਹੀ ਤਾਂ ਸਵਾਲ ਇੱਥੇ ਸਭ ਤੋਂ ਵੱਡਾ ਬਣਿਆ ਹੋਇਆ, ਬੈਬਲ ਕਲਾਂ ਵਾਲਾ ਉਹਨਾਂ ਦੇ ਰਾਜ 'ਚ ਹੀ ਹੋਇਆ, ਬੈਬਲ ਕਲਾਂ ਕਾਂਡ ਹੋਇਆ ਜੇ, ਔਰ ਜਿਹੜੇ ਵੱਖ ਵੱਖ ਹੋਰ ਜਿਹੜੇ ਹੋਏ ਬੇਅਦਬੀ ਦੇ ਮਾਮਲੇ ਸਾਰੇ ਉਸੇ ਸਰਕਾਰ 'ਚ ਹੋਏ, 10 ਸਾਲਾਂ ਦੇ ਵਿੱਚ ਹੀ ਹੋਏ, ਉਹ ਜਿਹੜਾ ਉਹਦਾ ਹੁਣ ਸਿਆਸੀ ਪ੍ਰਤੀਕਰਮ ਹੁਣ ਦੇਖਣ ਨੂੰ ਮਿਲ ਰਿਹਾ। ਬਿਲਕੁਲ ਉਹੀ ਸਾਰੇ ਹੁਣ ਗੱਲਾਂ ਸਮਝਣ ਨੂੰ ਮਿਲ ਰਹੀਆਂ ਹਨ, ਉਹੀ ਅਸੀਂ ਤਸਵੀਰ ਵੀ ਅੱਜ ਦੇ ਮੁੱਦੇ ਦੇ ਵਿੱਚ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿੱਥੇ ਸਟੈਂਡ ਕਰਦੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਸ ਸੋਚ ਦੇ ਨਾਲ, ਜਿਸ ਆਈਡੀਆਲੋਜੀ ਦੇ ਨਾਲ, ਜਿਸ ਵਿਚਾਰਧਾਰਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣ ਦੇ ਵਿੱਚ ਆਈ ਸੀਗੀ, ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਕਿੱਥੇ ਸਟੈਂਡ ਕਰਦੀ ਹੈ 2018 ਦੇ ਵਿੱਚ? ਸਭ ਤੋਂ ਵੱਡੀ ਗੱਲ, ਪੰਥਕ ਪਾਰਟੀ ਜਿਹੜੀ ਆਪਣੇ ਆਪ ਨੂੰ ਕਹਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ, ਇਹ ਵੀ ਕਹਿੰਦੀ ਕਿ ਜਦ ਵੀ ਸਿੱਖ ਕੌਮ ਦੇ ਮਸਲੇ ਆਉਂਦੇ ਹਨ ਤਾਂ ਅਸੀਂ ਪਹਿਰਾ ਦਿੰਦੇ ਹਾਂ ਔਰ ਉਹਨਾਂ ਨੂੰ ਵੱਧ ਚੜ੍ਹ ਕੇ ਅਸੀਂ ਆਲ ਓਵਰ ਵਰਲਡ ਦੇ ਵਿੱਚ ਰੱਖਦੇ ਹਾਂ। ਅਤੇ ਅੱਜ ਕੱਲ੍ਹ ਜਿਹੜਾ ਡਾਇਲੋਗ ਬਣਿਆ ਹੋਇਆ ਉਹੀ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੈ ਕੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਸਮਝ ਆਉਂਦਾ ਔਰ ਕੀ ਪ੍ਰਤੀਕਰਮ ਔਰ ਕੀ ਤਰਕ ਤੁਹਾਡੇ ਜ਼ਹਿਨ ਆਪਣੇ ਆਪ ਨੂੰ ਮਜਬੂਰ ਕਰਦਾ, ਇਸ ਲਹਿਜ਼ੇ ਦੇ ਸਦਕਾ ਤੁਹਾਡੇ ਮੁੱਖ ਤੋਂ ਕੀ ਨਿਕਲ ਕੇ ਆਉਂਦਾ, ਉਹੀ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਨਾਲ ਕਾਲਰ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਦੀਪ ਜੀ, ਮੈਂ ਹਰਦੀਪ ਸਿੰਘ ਬੋਲ ਰਿਹਾ ਕਰੋਲੀ ਤੋਂ। ਹਰਦੀਪ ਸਿੰਘ ਜੀ, ਕੀ ਕਹਿਣਾ ਚਾਹੋਗੇ? ਇੱਕ ਤਾਂ ਹਰਕੀਪ ਜੀ, ਮੈਂ ਨਾ ਥੋੜੇ ਦਿਨ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਤੁਹਾਡੇ ਟੀਵੀ ਤੇ ਕਿ ਜੇਕਰ ਕੋਈ ਕਿਸਾਨ ਕਰਜ਼ਾ ਚੱਕ ਕੇ ਵਧੀਆ ਕੋਠੀ ਜਾਂ ਘਰ ਬਣਾ ਲੈਂਦਾ ਆ, ਕਰਜ਼ਾ ਨਹੀਂ ਮੋੜ ਹੁੰਦਾ ਤੇ ਉਹ ਆਤਮ ਹੱਤਿਆ ਦੇ ਰਾਹ ਤੇ ਤੁਰ ਪੈਂਦਾ ਆ। ਮੈਂ ਉਦੋਂ ਵੀ ਕਿਹਾ ਸੀ ਸਾਡੇ ਪੰਜਾਬ ਦਾ ਜਿਹੜਾ ਆ ਇਹਨਾਂ ਹੀ ਰੋਡਸ ਬਹੁਤ ਵਧੀਆ ਬਣਾ ਤੇ ਇਨਫਰਾਸਟ੍ਰਕਚਰ ਬਹੁਤ ਵਧੀਆ ਕੀਤਾ, ਬਟ ਉਹ ਸਾਰਾ ਕਰਜ਼ਾ ਚੱਕ ਕੇ ਕੀਤਾ। ਦੇਖੋ ਕਿ ਜਿੰਨਾ ਕਰਜ਼ਾ ਪੰਜਾਬ ਗਵਰਨਮੈਂਟ ਨੇ 4 ਸਾਲਾਂ ਵਿੱਚ ਚੱਕਿਆ ਸੀ, ਓਨਾ ਹੀ ਕਰਜ਼ਾ 1 ਸਾਲ ਵਿੱਚ ਚੱਕਿਆ ਸਿਰਫ ਆਪਣੀ ਸਾਖ ਬਚਾਉਣ ਦੇ ਲਈ।
ਜੇ ਇਹਨਾਂ ਨੇ ਉਹ ਕਰਜ਼ਾ ਨਾ ਚੱਕਦੇ ਸ਼ਾਇਦ ਇਹਨਾਂ ਨੂੰ 14 ਸੀਟਾਂ ਵੀ ਨਾ ਮਿਲਦੀਆਂ ਪੰਜਾਬ ਚੋਂ। ਜੀ ਜੀ ਜੀ, ਕਿਉਂਕਿ ਫਰਕ ਤਾਂ ਪੈਂਦਾ ਹੀ ਆ ਨਾ, ਜਦੋਂ ਤੁਸੀਂ ਕੰਮ ਕਰਦੇ ਆ, ਪੈਸਾ ਖਰਚਦੇ ਆ, ਲੋਕ ਤੁਹਾਨੂੰ ਵੋਟ ਪਾ ਦਿੰਦੇ ਆ, ਫਿਰ ਵੀ ਕਿ ਨਹੀਂ ਸਾਡਾ ਆਹ ਕੰਮ ਹੋ ਗਿਆ, ਉਹ ਕੰਮ ਹੋ ਗਿਆ, ਜਸਟਿਸ ਨੇ ਦਿੱਤੀ ਸੀ, ਕਮਿਸ਼ਨ ਨੇ ਰਿਪੋਰਟ। ਤੁਸੀਂ ਵੀ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਲ ਕਰ ਸਕਦੇ ਹੋ ਮੈਨੂੰ info@justbroadcasting.com, harkirat@justbroadcasting.com ਦੇ ਉੱਤੇ ਆਪਣੀ ਤਸਵੀਰ, ਆਪਣਾ ਨੰਬਰ ਅਤੇ ਆਪਣਾ ਨਾਮ ਛੱਡਿਓ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਤੁਹਾਨੂੰ ਫੋਨ ਦੇ ਜ਼ਰੀਏ ਲਵਾਂਗੇ, ਤੁਹਾਡੀ ਤਸਵੀਰ ਲਗਾ ਕੇ ਬਕਾਇਦਾ ਤੌਰ ਦੇ ਉੱਤੇ। ਜੇਕਰ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਮੇਲ ਕਰਿਓ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹੁੰਦਾ। ਜਿਹੜੇ ਕਾਲਰਸ ਮੈਨੂੰ ਕਾਲ ਕਰ ਰਹੇ ਨੇ ਉਹਨਾਂ ਤੋਂ ਮੈਂ ਮਾਫੀ ਮੰਗਣਾ ਚਾਹੁੰਦਾ ਕਿ ਮੈਂ ਤੁਹਾਡੀ ਕਾਲਸ ਨਹੀਂ ਲੈ ਪਾਇਆ, ਲੇਕਿਨ ਤੁਸੀਂ ਮੈਨੂੰ ਮੇਲ ਕਰ ਦਿਓ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।